ਸਤਿ ਸ੍ਰੀ ਅਕਾਲ ਸਾਹਿਤਕ ਸਾਥ ਚੈਨਲ ਦੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਅੱਜ ਦੀ ਕਲਾਸ ਵਿੱਚ ਅਸੀਂ ਪੰਜਾਬੀ ਵਿਸ਼ੇ ਦੇ ਨਾਲ ਸੰਬੰਧਿਤ ਜੋ 1000 ਕੁਐਸਚਨਸ ਦੀ ਸੀਰੀਜ਼ ਸ਼ੁਰੂ ਕੀਤੀ ਹੈ ਐਚ ਟੈਟ ਜਾਂ ਨੈਟ ਦੇ ਵਿਦਿਆਰਥੀਆਂ ਦੇ ਲਈ ਇਹ ਸੀਰੀਜ਼ ਬੇਹੱਦ ਲਾਹੇਵੰਦ ਸਾਬਿਤ ਹੋ ਸਕਦੀ ਹੈ ਇਸੇ ਲੜੀ ਅਧੀਨ ਅੱਜ ਅਸੀਂ ਤੁਹਾਡੇ ਸਾਨਮੁਖ ਦੂਸਰਾ ਲੈਕਚਰ ਲੈ ਕੇ ਹਾਜ਼ਰ ਹੋਏ ਹਾਂ ਇਸ ਲੜੀ ਦਾ ਪਹਿਲਾ ਪ੍ਰਸ਼ਨ ਹੈ ਕੁਤਬ ਦੀ ਲਾਟ ਵਿੱਚ ਕਿਹੜਾ ਪੱਖ ਰੂਪਮਾਨ ਹੋਇਆ ਹੈ ਕੁਤਬ ਦੀ ਲਾਟ ਕਿਉਂਕਿ ਹਿੰਦੁਸਤਾਨ ਦੀ ਧਰਤੀ ਦੇ ਸਰਬਸਾਂਝੀਵਾਲਤਾ ਦੇ ਪੱਖ ਨੂੰ ਉਜਾਗਰ ਕਰਦੀ ਹੈ ਕਿਉਂਕਿ ਇਹ ਕਿਸੇ ਧਰਮ ਜਾਤ ਜਾਂ ਖਿੱਤੇ ਦੇ ਨਾਲ ਸੰਬੰਧਿਤ ਨਹੀਂ ਹੈ ਸੋ ਸਰਬਸਾਂਝਾ ਪੱਖ ਇਸ ਦੇ ਵਿੱਚ ਰੂਪਮਾਨ ਹੋਇਆ ਹੈ ਨਾ ਇਹ ਮੁਸਲਮਾਨੀ ਹੈ ਨਾ ਬੋਧੀ ਨਾ ਰਾਜਪੂਤੀ ਬਲਕਿ ਹਿੰਦੁਸਤਾਨ ਦੀ ਧਰਤੀ ਦੇ ਸਰਬਸਾਂਝੇ ਪੱਖ ਨੂੰ ਉਜਾਗਰ ਕੀਤਾ ਹੈ ਕੁਤਬ ਦੀ ਲਾਟ ਕਵਿਤਾ ਦੇ ਵਿੱਚ ਕਵੀ ਨੇ ਦੂਸਰਾ ਸਵਾਲ ਹੈ ਕਿ ਕੁੱਤਬ ਦੀ ਲਾਟ ਕਿੰਨੀਆਂ ਤਾਤਾਂ ਦੀ ਬਣੀ ਹੋਈ ਹੈ? 8 ਤਾਤਾਂ ਦੀ ਬਣੀ ਹੋਈ ਸਹੀ ਉੱਤਰ ਹੈ ਕਿਉਂਕਿ 8 ਤੱਤਾਂ ਦੇ ਮਿਸ਼ਰਣ ਦੀ ਬਣੀ ਹੋਣ ਸਦਕਾ ਇਸ ਦੇ ਉੱਤੇ ਸਮੇਂ ਦਾ ਜਾਂ ਕੁਦਰਤ ਦਾ ਜਾਂ ਕੁਦਰਤੀ ਵਾਤਾਵਰਣ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਭਾਵ ਇਹ ਕਿਸੇ ਤਰ੍ਹਾਂ ਦੇ ਜੰਗ ਵਗੈਰਾ ਜਾਂ ਜੰਗਾਲ ਦੀ ਸ਼ਿਕਾਰ ਨਹੀਂ ਹੋ ਸਕਦੀ। ਕੁਦਰਤ ਕਵਿਤਾ ਵਿੱਚ ਕੁਦਰਤ ਦੀ ਕਿਸ ਨਾਲ ਉਪਮਾ ਕੀਤੀ ਗਈ ਹੈ? ਰੰਗ-ਬਰੰਗੇ ਫੁੱਲਾਂ ਨਾਲ ਹਾਰ ਸ਼ਿੰਗਾਰ ਕਰਨ ਵਾਲੀ ਇਸਤਰੀ ਨਾਲ ਕਾਲੀ ਰਾਤ ਨਾਲ ਜਾਂ ਪਹੋ ਫੁਟਾਲੇ ਨਾਲ ਕੁਦਰਤ ਕਵਿਤਾ ਦੇ ਵਿੱਚ ਪਾਈ ਵੀਰ ਸਿੰਘ ਨੇ ਕੁਦਰਤ ਨੂੰ ਇੱਕ ਅਜੇ ਹੀ ਨਾਰ ਦੇ ਰੂਪ ਵਿੱਚ ਬਿਆਨ ਕੀਤਾ ਹੈ ਕਿ ਕੁਦਰਤ ਮੌਜਨ ਨਾਰ ਬਣ ਬਣ ਬੈਠਦੀ ਪਾਵ ਸ਼ੌਕੀਨ ਔਰਤ ਔਰਤ ਜੋ ਹੈ ਸ਼ੌਕੀਨ ਹੈ ਜਿਸ ਨੂੰ ਹਾਰ ਸ਼ਿੰਗਾਰ ਕਰਨ ਦਾ ਸ਼ੌਕ ਹੈ ਸੋ ਹਾਰ ਸ਼ਿੰਗਾਰ ਕਰਨ ਵਾਲੀ ਇਸਤਰੀ ਨਾਲ ਕਵੀ ਨੇ ਇਸ ਦੀ ਉਪਮਾ ਦਿੱਤੀ ਹੈ ਜੋ ਸਹੀ ਉੱਤਰ ਹੈ ਕੁਦਰਤ ਕਵਿਤਾ ਕਿਸ ਪੁਸਤਕ ਵਿੱਚੋਂ ਲਈ ਗਈ ਹੈ ਕੁਦਰਤ ਕਵਿਤਾ ਭਾਈ ਵੀਰ ਸਿੰਘ ਦੇ ਮਹਾਕਾਵ ਰਾਣਾ ਸੂਰਤ ਸਿੰਘ ਵਿੱਚੋਂ ਲਈ ਗਈ ਹੈ ਸੋ ਸਹੀ ਉੱਤਰ ਹੈ ਰਾਣਾ ਸੂਰਤ ਸਿੰਘ ਅੰਡਿੱਠਾ ਰਸਤਾ ਕਵਿਤਾ ਵਿੱਚ ਕਵੀ ਰੱਬ ਦਾ ਕਿਹੜਾ ਰੂਪ ਦਰਸਾਉਂਦਾ ਹੈ ਰੰਗ ਰੂਪ रहਿਤ ਅਦ੍ਰਿਸ਼ ਅਸ਼ੋਜਾ ਨਿਰਾਰਕਾਰ ਇਸ ਦੇ ਵਿੱਚ ਨਿਰਾਰਕਾਰ ਸਹੀ ਉੱਤਰ ਹੈ ਕਿਉਂਕਿ ਅਣਡਿੱਠਾ ਜਿਸ ਨੂੰ ਵੇਖਿਆ ਨਹੀਂ ਜਾ ਸਕਦਾ ਉਹ ਰਸਦਾਤਾ ਹੈ ਪਰਮਾਤਮਾ ਜੋ ਰੰਗ ਰੂਪ ਤੋਂ ਰਹਿਤ ਹੈ ਅਦ੍ਰਿਸ਼ ਹੈ ਅਸ਼ੂ ਹੈ ਜਿਸ ਨੂੰ ਸ਼ੋਇਆ ਨਹੀਂ ਜਾ ਸਕਦਾ ਸੋ ਨਿਰਾਕਾਰ ਹੈ ਜਿਸ ਦਾ ਕੋਈ ਆਕਾਰ ਨਹੀਂ ਹੈ ਜੋ ਕਣਕਣ ਦੇ ਵਿੱਚ ਰਮਿਆ ਹੋਇਆ ਹੈ ਜਿਸ ਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ ਅਣਡਾਠਾ ਰਸਦਾਤਾ ਕਵਿਤਾ ਵਿੱਚ ਕਿਸ ਗੱਲ ਦਾ ਪ੍ਰਗਟਾਵਾ ਹੈ ਅਧਿਆਤਮਵਾਦੀ ਰਹਾਸਵਾਦੀ ਪ੍ਰਭਾਵਵਾਦੀ ਜਾਂ ਮਾਨਵਵਾਦੀ ਕਿਉਂਕਿ अंडिता रस दाता कवि दे रहस्यवादी अनुभव नु प्रगटौंदी कविता है सो सही उत्तर है रहस्यवादी साईं ਲਈ ਤੜਫ ਕਵਿਤਾ ਦਾ ਵਿਸ਼ਾ ਕੀ ਹੈ ਉਰੋਮਾਂਟਿਕ ਹੈ ਉਪਦੇਸ਼ਾਤਮਕ ਹੈ ਅਧਿਆਤਮਕ ਜਾਂ ਰਹਾਸਾਤਮਕ साईं ਪ੍ਰਭੂ ਪਰਮਾਤਮਾ ਦੇ ਲਈ ਤੜਫ ਇਸ ਦਾ ਵਿਸ਼ਾ ਜੋ ਹੈ ਅਧਿਆਤਮਕ ਹੈ सो सही उत्तर है ਅਧਿਆਤਮਕ साई ਲਈ ਤੜਪ ਕਵਿਤਾ ਵਿੱਚ ਕਿਹੜੀ ਤੜਪ ਦਾ ਜ਼ਿਕਰ ਹੈ ਮਨੁੱਖੀ ਪਿਆਰ ਇਸ਼ਕ ਮਿਜ਼ਾਜੀ ਇਸ਼ਕ ਹਕੀਕੀ ਜਾਂ ਪ੍ਰਭੂ ਪ੍ਰੇਮ ਜਾਂ ਫਿਰ ਆਤਮਕ ਪ੍ਰੇਮ ਕਿਉਂਕਿ ਸਾਈ ਲਈ ਤੜਪ ਹੈ ਜਿਵੇਂ ਕਿ ਪਹਿਲੇ অপਸ਼ਨ ਦੇ ਵਿੱਚ ਦੱਸਿਆ ਹੈ ਪਹਿਲੇ ਪ੍ਰਸ਼ਨ ਦੇ ਵਿੱਚ ਦੱਸਿਆ ਹੈ ਕਿ ਸਾਈ ਤੋਂ ਭਾਵ ਹੈ ਰੱਬ ਪਰਮਾਤਮਾ ਖੁਦਾ ਉਸ ਦੇ ਲਈ ਤੜਪ ਜੋ ਹੈ ਉਹ ਸੱਚੀ ਸੁੱਚੀ ਹਕੀਕੀ ਤੜਪ ਹੈ ਪਾਵੇ ਇਸ਼ਕ ਹਕੀਕੀ ਹੈ ਇਹ ਅਸਲੀ ਇਸ਼ਕ ਹੈ ਜੋ ਆਤਮਾ ਦਾ ਪਰਮਾਤਮਾ ਦੇ ਨਾਲ ਹੈ ਪ੍ਰਭੂ ਪ੍ਰੇਮ ਦੇ ਰੰਗ ਵਿੱਚ ਰੰਗਿਆ ਇਸ਼ਕ ਹੈ मिजाजी इश्क जो है दुनियावी इश्क है पर जो साई तड़प है वो सच्चा सुचा इश्क हकीकी हो सदका ये सही उत्तर है तनिराम चात्रिक की मौत कदों हुई अठारह दिसंबर उन्नीस सौ चुरंजा दस जून उन्नीस सौ सतवंजा उन्नीस सौ बहत्तर उन्नीस सौ छिहत्र सो, 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 सो इसका सही उत्तर है अठारह दिसंबर उन्नीस सौ चुरुजा धनी चात्रिक ने किस्से लिखे 3 2 4 ਜਾਂ 5 ਜਿਨ੍ਹਾਂ ਇਹਨਾਂ ਚਾਰਾਂ ਆਪਸ਼ਨਸ ਦੇ ਵਿੱਚੋਂ ਦੋ ਸਹੀ ਉੱਤਰ ਹੈ ਕਿਉਂਕਿ ਧਨੀਰਾਮ ਚਾਤਰਿਕ ਨੇ ਦੋ ਕਿਸੇ ਲਿਖੇ ਹਨ ਨਲ ਦਮਯੰਤੀ ਜਿਨ੍ਹਾਂ ਦੇ ਨਾਮ ਹਨ ਨਲ ਦਮਯੰਤੀ ਔਰ ਪਰਥੀ ਹਰੀ ਇਹ ਦੋ ਕਿਸੇ ਭਾਈ ਵੀਰ ਧਨੀਰਾਮ ਚਾਤਰਿਕ ਦੇ ਲਿਖੇ ਮਿਲਦੇ ਹਨ ਸੋ ਸਹੀ ਉੱਤਰ ਹੈ ਦੋ ਕਿਸੇ ਚੰਦਨਵਾੜੀ ਜਾਂ ਕੇਸਰਗਿਰੀ ਨਵਾਂ ਜ਼ਹਾਨ ਜਾਂ ਸੂਫੀ ਕਾਨਾ ਕਾਵ ਸੰਗ੍ਰਹਿ ਦਾ ਲੇਖਕ ਕੌਣ ਹੈ ਇਸ ਦੇ ਲੇਖਕ ਤਨੀਰਾਮ ਜਾਤਰੀਖਨ ਤਨੀਰਾਮ ਜਾਤਰੀਖ ਦਾ ਜਨਮ ਕਦੋਂ ਹੋਇਆ 1876 ਈਸਵੀ ਦੇ ਵਿੱਚ ਤਨੀਰਾਮ ਜਾਤਰੀਖ ਦਾ ਜਨਮ ਹੋਇਆ ਇੱਥੇ ਧਿਆਨ ਦੇਣ ਯੋਗਤਾ ਇਹ ਹੈ ਨੁਕਤਾ ਕਿ ਭਾਈ ਵੀਰ ਸਿੰਘ ਦਾ ਜਨਮ 1872 ਨੂੰ ਹੁੰਦਾ ਹੈ ਔਰ ਤਨੀਰਾਮ ਜਾਤਰੀਖ ਦਾ ਜਨਮ 1876 ਨੂੰ ਯਾਨੀ ਕਿ ਇਹ ਭਾਈ ਵੀਰ ਸਿੰਘ ਤੋਂ 4 ਸਾਲ ਛੋਟੇ ਸਨ ਔਰ ਭਾਈ ਵੀਰ ਸਿੰਘ ਦੀ ਜੋ ਡੈਥ ਹੈ ਜਾਂ ਮੌਤ ਹੈ 1957 ਵਿੱਚ ਹੋਈ ਹੈ ਜਦਕਿ ਧਨੀ ਰਾਮ ਚਾਤ੍ਰਿਕ ਦੀ ਮੌਤ ਜੋ ਹੈ 1954 ਦੇ ਵਿੱਚ ਹੋਈ ਹੈ ਸੋ ਇਸ ਤਰ੍ਹਾਂ ਧਨੀ ਰਾਮ ਚਾਤ੍ਰਿਕ ਭਾਈ ਵੀਰ ਸਿੰਘ ਨਾਲੋਂ 4 ਸਾਲ ਬਾਅਦ ਵਿੱਚ ਪੈਦਾ ਹੋਏ ਤੇ 3 ਸਾਲ ਪਹਿਲਾਂ ਰੁਕਸਤ ਕਰ ਗਏ ਵਿਸਾਖੀ ਦਾ ਮੇਲਾ ਕਦੋਂ ਮਨਾਇਆ ਜਾਂਦਾ ਹੈ ਵਿਸਾਖ ਵਿੱਚ ਫਰਵਰੀ ਵਿੱਚ ਜੁਲਾਈ ਵਿੱਚ ਜਾਂ ਮਾਰਚ ਵਿੱਚ ਸੋ ਵਿਸਾਖੀ ਦਾ ਮੇਲਾ April ਦੇ ਮਹੀਨੇ ਵਿੱਚ ਆਉਂਦਾ ਹੈ ਜੋ ਵਿਸਾਖ ਦਾ ਮਹੀਨਾ ਹੈ ਵਿਸਾਖ ਤੋਂ ਹੀ ਵਿਸਾਖੀ ਦਾ ਮਹੀਨਾ ਇਸ ਦਾ ਨਾਮ ਹੈ ਇਸ ਤਿਹਾੜ ਦਾ ਨਾਮ ਹੈ ਕਿਉਂਕਿ ਵਿਸਾਖ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਔਰ ਇਸ ਤਿਹਾੜ ਦਾ ਜੋ ਇਤਿਹਾਸਕ ਮਹੱਤਵ ਵੀ ਹੈ ਤੇ ਸਭਿਆਚਾਰਕ ਮਹੱਤਵ ਵੀ ਹੈ ਕਿਉਂਕਿ ਇਹ ਮੇਲਾ ਹੈ ਸੋ ਸਭਿਆਚਾਰ ਦੇ ਪੱਖ ਨੂੰ ਪੇਸ਼ ਕਰਦਾ ਹੈ ਔਰ ਇਤਿਹਾਸਕ ਮਹੱਤਵ ਹੈ ਕਿਉਂਕਿ 13 April 1900 19 ਨੂੰ ਜਲੀਆਂ ਵਾਲਾ ਬਾਗ ਜੋ ਹੱਤਿਆਕਾਂਡ ਹੋਇਆ ਹੈ ਉਹ ਵੀ ਵਿਸਾਖ ਦੇ ਮਹੀਨੇ ਵਿੱਚ ਹੋਇਆ ਹੈ। ਔਰ April 191699 ਦੇ ਵਿੱਚ ਖਾਲਸਾ ਪੰਥ ਦੀ ਸਥਾਪਨਾ ਹੋਈ ਹੈ। ਇਹ ਵੀ ਵਿਸਾਖ ਦੇ ਮਹੀਨੇ ਦੇ ਵਿੱਚ ਹੋਈ ਹੈ। ਸੋ ਇਸ ਮਹੀਨੇ ਦਾ ਜੋ ਇਤਿਹਾਸਕ, ਧਾਰਮਿਕ ਅਤੇ ਸੱਭਿਆਚਾਰਕ ਮਹੱਤਵ ਬਣਦੇ ਹਨ। ਵਿਸਾਖੀ ਦਾ ਮੇਲਾ ਕਿਸ ਗੱਲ ਦੀ ਝਲਕ ਪੇਸ਼ ਕਰਦਾ ਹੈ ਰੌਣਕਾਂ ਦੀ। ਪੰਜਾਬ ਦੇ ਮੇਲਿਆਂ ਦੀ ਪੰਜਾਬੀ ਸੱਭਿਆਚਾਰ ਦੀ ਜਾਂ ਕਿਸਾਨਾਂ ਦੀ ਉਮੰਗ ਦੀ ਕਿਉਂਕਿ ਵਿਸਾਖੀ ਦਾ ਮੇਲਾ ਜੋ ਹੈ ਮੇਲਾ ਹੈ ਉਸਦੇ ਵਿੱਚ ਰੌਣਕਾਂ ਵੀ ਹੁੰਦੀਆਂ ਹਨ ਮੇਲਿਆਂ ਦੇ ਵਿੱਚੋਂ ਹੈ ਇੱਕ ਪ੍ਰਮੁੱਖ ਮੇਲਾ ਹੈ ਪੰਜਾਬ ਦਾ ਕਿਸਾਨਾਂ ਦੀ ਉਮੰਗ ਦਾ ਵੀ ਜ਼ਿਕਰ ਹੈ ਇਸ ਦੇ ਵਿੱਚ ਕਿਉਂਕਿ ਕਿਸਾਨ ਜੋ ਹਨ ਵਾਢੀ ਤੋਂ ਪਹਿਲਾਂ ਵਿਸਾਖੀ ਦਾ ਮੇਲਾ ਜੋ ਹੈ ਹਮ-ਹਮਾ ਕੇ ਵੇਖਣ ਵਾਸਤੇ ਜਾਂਦੇ ਸਨ ਜਾਂਦੇ ਹਨ ਔਰ ਇਸ ਤਰ੍ਹਾਂ ਇਹ ਸਾਰੇ ਆਪਸ਼ਨ ਇਸ ਦੇ ਵਿੱਚ ਆਉਣ ਸਦਕਾ ਪੰਜਾਬੀ ਸੱਭਿਆਚਾਰ ਦੀ ਭਰਪੂਰ ਪੇਸ਼ਕਾਰੀ ਹੁੰਦੀ ਹੈ ਵਿਸਾਖੀ ਦੇ ਮੇਲੇ ਵਿੱਚ ਭਾਰਤੀ ਜਵਾਨ ਭਾਰਤੀ ਨੂੰ ਕਵਿਤਾ ਕਿਸ ਨੂੰ ਸੰਬੋਧਨ ਹੈ ਕਿਸਾਨਾਂ ਨੂੰ ਭਾਰਤੀ ਨੌਜਵਾਨਾਂ ਨੂੰ ਦੇਸ਼ਵਾਸੀਆਂ ਨੂੰ ਜਾਂ ਵੇਲੜਾਂ ਨੂੰ ਜਵਾਨ ਤੋਂ ਭਾਵ ਹੈ ਜਵਾਨੀ ਤੇ ਭਾਰਤੀ ਭਾਵ ਭਾਰਤੀ ਨੌਜਵਾਨਾਂ ਨੂੰ ਇਸ ਕਵਿਤਾ ਦੇ ਵਿੱਚ ਕਵੀ ਨੇ ਸੰਬੋਧਨ ਕੀਤਾ ਹੈ ਸੋ ਇਹ ਸਹੀ ਉੱਤਰ ਹੈ ਭਾਰਤੀ ਨੌਜਵਾਨਾਂ ਨੂੰ ਜਵਾਨ ਭਾਰਤੀ ਨੂੰ ਕਵਿਤਾ ਵਿੱਚ ਕਵੀ ਨੇ ਭਾਰਤੀਆਂ ਨੂੰ ਕਿਹੜੀ ਪ੍ਰੇਰਣਾ ਦਿੱਤੀ ਹੈ ਦੇਸ਼ ਪਿਆਰ ਦੀ ਮਿਲ ਜੁਲ ਕੇ ਕੰਮ ਕਰਨ ਦੀ ਸਮਪਰਦਾਇਕਤਾ ਮਿਟਾਉਣ ਦੀ ਜਾਂ ਫਿਰ ਨਫ਼ਰਤ ਮਿਟਾਉਣ ਦੀ ਇਹਦੇ ਵਿੱਚ ਸਹੀ ਉੱਤਰ ਹੈ ਸਟੀਕ ਉੱਤਰ ਜੋ ਹੈ ਸਮਪਰਦਾਇਕਤਾ ਮਿਟਾਉਣ ਦੀ ਕਿਉਂਕਿ ਇਹ ਉੱਤਰ ਜੋ ਹੈ ਇਹ ਸਾਰੇ ਜੋ ਇਸ ਦੇ ਵਿੱਚ ਆਪਸ਼ਨ ਹਨ ਸਾਰਿਆਂ ਦਾ ਸਾਰ ਹੈ ਇਸ ਦੇ ਵਿੱਚ ਕਿਉਂਕਿ ਜਵਾਨ ਭਾਰਤੀ ਜੋ ਹੈ ਉਸ ਦੇ ਵਿੱਚ ਕਵੀ ਨੇ ਪ੍ਰੇਰਣਾ ਦਿੱਤੀ ਹੈ ਭਾਰਤ ਦੇ ਨੌਜਵਾਨਾਂ ਨੂੰ ਕਿ ਉਸ ਦੇ ਵਿੱਚ ਦੇਸ਼ ਪਿਆਰ ਦੀ ਭਾਵਨਾ ਵੀ ਹੋਣਾ ਚਾਹੀਦੀ ਹੈ ਮਿਲ ਜੁਲ ਕੇ ਵੀ ਕੰਮ ਕਰਨਾ ਚਾਹੀਦਾ ਹੈ ਨਫ਼ਰਤ ਵੀ ਉਹਨਾਂ ਨੂੰ ਮਿਟਾਉਣੀ ਚਾਹੀਦੀ ਹੈ ਆਪਣੇ ਦਿਲਾਂ ਵਿੱਚੋਂ ਵੀ ਤੇ ਦੂਸਰਿਆਂ ਦੇ ਦਿਲਾਂ ਵਿੱਚੋਂ ਵੀ ਕਿਉਂਕਿ ਨੌਜਵਾਨ ਦੇ ਵਿੱਚ ਜੋਸ਼ ਹੁੰਦਾ ਹੈ ਜੋਸ਼ ਦੇ ਨਾਲ ਨਾਲ ਉਸ ਨੂੰ ਹੋਸ਼ ਸਲਾਮਤ ਰੱਖਦੇ ਹੋયા ਦੇਸ਼ ਦੁਨੀਆ ਦੇ ਵਿੱਚ ਲਈ ਸਮਰਪਦਾਇਕਤਾ ਨੂੰ ਮਿਟਾਉਣ ਦਾ ਸੇਰਾ ਇਹ ਕਾਰਜ ਆਪਣੇ ਹੱਥ ਲੈਣਾ ਚਾਹੀਦਾ ਹੈ ਸੋ ਸਹੀ ਉੱਤਰ ਹੈ ਸੰਪਰਦਾਇਕਤਾ ਮਿਟਾਉਣ ਦੀ ਧੰਨਵਾਦ